ਸ਼ਰਾਬ ਠੇਕੇਦਾਰ ਰਿਸ਼ ਅਗਰਵਾਲ ਦੇ ਘਰ ਫਾਇਰਿੰਗ ਕਰਨ ਵਾਲਾ ਪੰਗੜ ਗ੍ਰਿਫਤਾਰ। ਸ਼ਰਾਬ ਠੇਕੇਦਾਰ ਨਰੇਸ਼ ਅਗਰਵਾਲ ਦੇ ਘਰ ਤੇ ਫਾਇਰਿੰਗ ਕਰਨ ਵਾਲਾ ਪੰਗੜ ਪੁਲਿਸ ਨੇ ਕੀਤਾ ਗ੍ਰਿਫਤਾਰ। ਯੂ ਫੋਰ ਨਿਊਜ਼ ਪੇਸ਼ ਕਰ ਰਿਹਾ ਹੈ ਪੰਜਾਬੀ ਖਬਰਾਂ। ਸ਼ਹਿਰ ਦੇ ਮੰਨੇ ਪ੍ਰਮੰਨੇ ਸ਼ਰਾਬ ਦੇ ਠੇਕੇਦਾਰ ਨਰੇਸ਼ ਅਗਰਵਾਲ ਦੇ ਘਰ ਮਾਲਟਾਊਨ ਵਿਖੇ 20 ਦਸੰਬਰ 2019 ਨੂੰ ਦੇਰ ਰਾਤ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਦੂਜੇ ਦੋਸ਼ੀ ਰਜਿੰਦਰ ਕੁਮਾਰ ਨੂੰ ਥਾਣਾ ਸਿਟੀ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਥਾਣਾ ਸਿਟੀ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ DSP ਸਿਟੀ ਜਗਦੀਸ਼ ਰਾਜ ਅਤਰੀ ਅਤੇ SHO ਗੋਵਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਪੁਲਿਸ ਨੇ ਫਰਾਰ ਚੱਲ ਰਹੇ ਰਜਿੰਦਰ ਕੁਮਾਰ ਬੰਗਣ ਨੂੰ ਨਾਕਾਬੰਦੀ ਦੌਰਾਨ 26 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਦੱਸਿਆ ਕਿ ਉੱਕੇ ਦੋਸ਼ੀ ਦੇ ਗੈਂਗਸਟਰ ਬਿੰਨੀ ਗੁੱਜਰ ਨਾਲ ਸੰਬੰਧ ਹਨ। ਸ਼ਰਾਬ ਠੇਕੇਦਾਰ ਤੋਂ ਫਿਰੌਤੀ ਨਾ ਮਿਲਣ 'ਤੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਉਹਨਾਂ ਦੇ ਘਰ ਵਿਖੇ ਫਾਇਰਿੰਗ ਕੀਤੀ ਸੀ। ਉਸ ਤੋਂ ਉਪਰੰਤ ਉਹ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਵਾਰਦਾਤ ਲਈ ਵਰਤੇ ਮੋਟਰਸਾਈਕਲ ਅਤੇ 160 ਗ੍ਰਾਮ ਨਸ਼ੇ ਵਾਲਾ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਪੇਸ਼ ਹੈ ਵਿਸ਼ੇਸ਼ ਰਿਪੋਰਟ। ਮਾਨਜੋ SSP ਸ਼੍ਰੀ ਗੁਰਵਿੰਦਰ ਜੀ ਦੀਆਂ ਹਦਾਇਤਾਂ 'ਤੇ ਪੈ ਰਹੇ ਅਨੁਸਾਰ ਪਰਲੀ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ। ਉਸ ਤਹਿਤ ਸਿਟੀ ਪੁਲਿਸ ਨੂੰ ਇੱਕ ਅੱਜ ਭਾਰੀ ਕਾਮਯਾਬੀ ਮਿਲੀ ਹੈ। ਜਿਵੇਂ ਤੁਹਾਨੂੰ ਪਹਿਲਾਂ ਪਤਾ ਹੈ 20/12/2019 ਨੂੰ ਜਿਹੜੇ ਸ਼ਰਾਬ ਦੇ ਕਾਰੋਬਾਰ ਨਰੇਸ਼ ਅਗਰਵਾਲ ਦੇ ਘਰ ਦੇ ਵਿੱਚ ਕੁਝ ਮੁੰਡਿਆਂ ਨੇ ਗੋਲੀ ਚਲਾਈ ਸੀ, ਜਿਹਦੇ ਵਿੱਚੋਂ ਇੱਕ ਜਿੰਦਰ ਕੁਮਾਰ ਸ਼ਬਾਂਗ ਜਿਹੜਾ ਭਗੋੜਾ ਸੀ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ। ਉਹਦੇ ਕੋਲੋਂ 160 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਅਤੇ ਪੰਚ ਅਗਲੀ ਗਈ ਤੋਂ ਪੀਸ਼ਾ ਜਾ ਰਹੀ ਹੈ। ਇਹਦੇ ਖਿਲਾਫ਼ ਪਹਿਲਾਂ ਆਲਰੇਡੀ ਵੱਖ ਵੱਖ ਥਾਣਿਆਂ ਵਿੱਚ 7 ਮੁਕੱਦਮੇ ਦਰਜ ਨੇ, ਤਫਤੀਸ਼ ਕੀਤੀ ਜਾ ਰਹੀ ਹੈ, ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਜਿਹਦੇ ਵਿੱਚ ਵੀ ਵਾਂਟਡ ਹੋਏ ਵਿੱਚ ਇਹਦੀ ਅਰੈਸਟ ਪਈ ਹੋਈ ਹੈ। ਇਹਦੇ ਨਾਲ ਜਿਹੜੀ ਗੋਲੀਆਂ ਚਲਾਈਆਂ ਸੀ ਹੋਰ ਵੀ ਸੀਗੇ ਤੋ ਪਹਿਲਾਂ ਹੀ ਆਲਰੇਡੀ ਜਿਹੜੇ ਸੀਗੇ ਇੰਸਪੈਕਟਰ ਵੇਲੇ ਉਸ ਵੇਲੇ ਜਿਹੜੇ ਆਪਣੇ ਇੰਸਪੈਕਟਰ ਸਾਹਿਬ ਜਿਹੜੇ ਹੁਣ ਐਸ ਐਸ ਸਿੱਧੀ ਨੇ ਇਹਨਾਂ ਵੱਲੋਂ ਪਹਿਲਾਂ ਹੀ ਅਰੈਸਟ ਕੀਤੇ ਜਾ ਚੁੱਕੇ ਨੇ। ਇਹਨਾਂ ਨੇ ਐਕਚੁਅਲੀ ਬੇਸਿਕਲੀ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਵੀ ਉਹਨਾਂ ਡਰਾ ਕੇ ਮਟਾ ਕੇ ਉਹਨਾਂ ਤੋਂ ਪੈਸੇ ਲੈ ਜਾਣ ਇੱਦਾਂ ਦੀ ਬਿਲਕੁਲ ਸਮੇਂ ਜਿਹੜੀ ਹੈਗੀ ਆ ਉਹ ਹਾਂਜੀ ਹਾਂਜੀ ਇਹ ਜਿਹੜਾ ਇੱਥੋਂ ਬਿੰਨੀ ਗੁੱਜਰ ਨਾਂ ਦਾ ਜਿਹੜਾ ਗੈਂਗਸਟਰ ਹੈ ਇਹ ਉਹਦੇ ਨਾਲ ਐਸੋਸੀਏਟਡ ਹੈ। ਟੈਲੀਫੋਨ ਦੇ ਉੱਤੇ ਉਹਦੀਆਂ ਹਦਾਇਤਾਂ ਦੇ ਅੱਗੇ ਜਿਹੜੀ ਕਾਰਵਾਈ ਕਰਦਾ ਅਤੇ ਜੋ ਇਹਦੇ ਦੱਸਣ ਮੁਤਾਬਕ ਹੈ ਵੀ ਉਹਦੇ ਕੋਲ ਫੋਨ ਦੇ ਜ਼ਰੀਏ ਵਟਸਐਪ ਦੇ ਫੋਨ ਉਹਦੇ ਨਾਲ ਤਾਲਮੇਲ ਕਰਦਾ, ਅਗਲੀ ਤਫਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਹਾਂ ਉਹ ਤਫਤੀਸ਼ ਕੀਤੀ ਜਾ ਰਹੀ ਹੈ, ਸਾਰੀ ਜਿਹੜੀ ਅਗਲੀ ਕਰ ਰਹੀ ਹੈ ਮਸਲੇ ਵਾਂਗ।